ਪੰਜਾਬ ਤੇ ਮਾਝੇ ਦੀ ਸਿਆਸਤ ਇੱਕ ਵਾਰ ਫਿਰ ਗਰਮ ਹੋਣ ਜਾ ਰਹੀ ਹੈ, ਇਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਅਕਾਲੀ ਦਲ ਟਕਸਾਲੀ ਵਿੱਚ ਗਏ ਅਮਰਪਾਲ ਸਿੰਘ ਬੋਨੇ ਦੀ ਘਰ ਵਾਪਸੀ ਹੋਣ ਜਾ ਰਹੀ ਹੈ। ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਪੁੱਜੇ। ਇਸ ਮੌਕੇ ਉਹਨਾਂ ਨੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਰਾਜਾ ਸਾਂਸੀ ਵਿਖੇ ਹੋਣ ਵਾਲੀ ਰੋਸ ਰੈਲੀ ਬਾਰੇ ਵੀ ਗੱਲਬਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਗਰ ਬੋਨੀ ਉਹਨਾਂ ਦੀ ਪਾਰਟੀ ਵਿੱਚ ਆਉਣਾ ਚਾਹੁੰਦੇ ਹਨ ਤਾਂ ਉਹਨਾਂ ਦਾ ਸਵਾਗਤ ਹੈ। ਵੱਖ ਵੱਖ ਸਵਾਲਾਂ ਦੇ ਜਵਾਬ ਵਿੱਚ ਉਹਨਾਂ ਨੇ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਸੁਪਰ ਗੈਂਗਸਟਰ ਕਿਹਾ ਹੈ ਕਿ ਵਾਪਸ ਆਉਣਾ ਹੈ, ਕੰਟੈਕਟ ਕਰਨਗੇ ਤਾਂ ਆਪਾਂ ਵੀ ਵਿਲ ਐਗਜ਼ਾਮਿਨ। ਤੁਸੀਂ ਵੈਲਕਮ, ਤੁਹਾਡਾ ਕੋਈ ਮੁਲਾਕਾਤ ਹੋਈ ਹੈ ਸਰ? ਨਹੀਂ, ਮੇਰੀ ਹਾਲੇ ਤੱਕ ਕੋਈ ਮੁਲਾਕਾਤ ਨਹੀਂ। ਤੁਸੀਂ ਵੈਲਕਮ ਕਰਦੇ ਜੇ ਆਉਣਾ ਚਾਹੁੰਦੇ ਕੀ ਜੀ? ਆਉਣਾ ਚਾਹੁਣ ਠੀਕ ਸਮਝਣਾ, ਸਾਡੀਆਂ ਪਾਲਿਸੀਆਂ ਸੋਚਣ ਕਿ ਠੀਕ ਹੈ ਜੇ, ਫਿਰ ਸਾਨੂੰ ਕੋਈ ਪ੍ਰੋਬਲਮ ਕੀ ਹੈ? ਜੇ ਸਾਡੀ ਸਲੋ ਟਰਨ ਆਊਟ ਹੋਇਆ, ਹਾਲੇ ਤੱਕ 40% ਪੋਲਿੰਗ ਹੋਈ ਹੈ। ਮੈਨੂੰ ਲੱਗਦਾ ਕਿ ਹਲੇ ਅਖੀਰਲੇ ਟਾਈਮ 'ਚ ਜ਼ਿਆਦਾ ਹੁੰਦਾ, ਉਮੀਦ ਹੈ, ਮੈਨੂੰ ਲੱਗਦਾ ਕਿ 60-70% ਤਾਂ ਹੋਣੀ ਚਾਹੀਦੀ ਹੈ, ਜਿਵੇਂ ਜਿਸ ਹਾਈ ਪਿਚ 'ਤੇ ਇਲੈਕਸ਼ਨ ਚੱਲਿਆ ਉੱਤੇ ਕੋਈ 6 ਵਜੇ ਤੱਕ ਪੋਲਿੰਗ ਹੈ, ਅਤੇ ਮੈਨੂੰ ਲੱਗਦਾ ਹਾਈ ਪਿਚ 'ਤੇ ਹੋਣੀ ਹੈ। ਕੈਪਟਨ ਸਾਹਿਬ 3 ਦਿਨ ਵਾਸਤੇ ਗਏ ਸੀ, ਪਰ ਇੱਕ ਦਿਨ ਹੀ ਪ੍ਰਚਾਰ ਕੀਤਾ ਸੀ। ਕੈਪਟਨ ਸਾਹਿਬ ਨੂੰ ਕੋਈ ਜਾਣਦਾ ਹੀ ਨਹੀਂ, ਭੁੱਲ ਗਏ ਲੋਕ ਕੈਪਟਨ ਸਾਹਿਬ ਨੂੰ, ਪੰਜਾਬ ਦੇ ਲੋਕ ਭੁੱਲ ਗਏ, ਦਿੱਲੀ ਵਾਲੇ ਕੀ ਯਾਦ ਕਰਨਗੇ? ਉੱਥੇ ਫਿਰ ਵੱਡੇ ਵੱਡੇ ਨਾਮ ਕੀਤੇ। ਦੇਖੋ ਕੈਪਟਨ ਸਾਹਿਬ, ਮੈਨੂੰ ਬੜਾ ਦੁੱਖ ਨਾਲ ਕਹਿਣਾ ਚਾਹੁੰਦਾ, ਉਹ ਛੱਡ ਗਏ ਸਾਰਾ ਕੁਛ ਕੰਮ, ਜਿਵੇਂ ਨਾ ਬੰਦਾ ਛੱਡ ਜਾਂਦਾ, ਕੰਮ ਹੀ ਛੱਡ ਜਾਂਦਾ, ਉਹ ਇੰਟਰਸਟ ਹੀ ਨਹੀਂ ਹੈ ਉਹਨਾਂ ਦਾ ਕੰਮ। ਉਹਨਾਂ ਨੇ ਮੁੱਖ ਮੰਤਰੀ ਬਣਨਾ, ਮਕਸਦ ਪੂਰਾ ਹੋ ਗਿਆ, ਹੁਣ ਉਹਨਾਂ ਦਾ ਕੋਈ ਇੰਟੈਂਸ਼ਨ ਨਹੀਂ, ਨਾ ਕੰਮ ਕਰਨਾ, ਨਾ ਪਰਵਾਹ, ਨਾ ਫਿਕਰ ਹੈ। ਜਿਹੜੇ ਮੁੱਖ ਮੰਤਰੀ ਨੂੰ ਕੋਈ ਫਿਕਰ ਹੀ ਨਹੀਂ ਆਪਣੇ ਸਟੇਟ ਦਾ, ਉਹ ਮੁੱਖ ਮੰਤਰੀ ਕਹਿਣ ਦੇ ਵੀ ਲਾਇਕ ਨਹੀਂ ਹੈ। ਬਾਦਲ ਸਾਹਿਬ, 8 ਥਰਮਲ ਪਲਾਂਟ ਜਿਹੜੇ ਨੇ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ, ਕਹਿੰਦੇ ਉਹਦੇ ਨਾਲ ਪ੍ਰਦੂਸ਼ਣ ਹੈ, ਤੁਹਾਡੇ ਟਾਈਮ ਦੇ ਉੱਤੇ ਜਿਹੜੇ ਥਰਮਲ ਪਲਾਂਟ ਦੇ ਜਿਹੜੇ ਸੌਦੇ ਕੀਤੇ ਗਏ ਸੀ ਉਹਨਾਂ ਨੇ ਹੁਣ ਬੰਦ ਕਰਨ ਦੀ ਤਿਆਰੀ, ਔਰ ਕਾਂਗਰਸ ਨੇ ਕਿਹਾ ਕਿ ਬੰਦ ਕਰ ਦਿੱਤੇ ਜਾਣ। ਯਾਰ, ਫੈਸਲਾ ਉਹਨਾਂ ਦਾ, ਉਹਨਾਂ ਨੇ ਥਰਮਲ ਪਲਾਂਟ ਰੱਖਣੇ ਆ, ਬੰਦ ਕਰਨੇ ਆ, ਸੜਕਾਂ ਤੋੜਨੀਆਂ ਜਾਂ ਚਲਾਉਣੀਆਂ। ਨਹੀਂ, ਪਰ ਕੇਂਦਰ ਸਰਕਾਰ ਨੇ ਕਿਹਾ ਜੀ ਉਹਦੇ ਨਾਲ ਕਾਫੀ ਪ੍ਰਦੂਸ਼ਣ ਹੁੰਦਾ ਅਤੇ ਆਸ ਪਾਸ। ਬੇਸਿਕਲੀ ਕੀ ਹੈ, ਹਰ ਚੀਜ਼ ਦਾ ਇੱਕ ਸਿਸਟਮ ਹੁੰਦਾ, ਹਰ ਇਕੁਇਪਮੈਂਟ, ਹਰ ਚੀਜ਼ ਦੀ ਇਕੁਇਪਮੈਂਟ ਹੈ। ਸੋ ਜੋ ਇਕੁਇਪਮੈਂਟ ਦੀ ਲੋੜ ਹੈ, ਦੇ ਸ਼ੁਡ ਇੰਸਟਾਲ ਦਾ ਇਕੁਇਪਮੈਂਟ। ਮੈਂ ਹੈਰਾਨ ਹਾਂ, ਕੈਪਟਨ ਸਾਹਿਬ ਦਾ ਬਿਆਨ ਅੱਜ ਅਖਬਾਰ 'ਚ ਆਇਆ ਕਿ ਮੈਂ 11.5 ਲੱਖ ਨੌਕਰੀ ਦਿੱਤੀ ਹੈ, 50,000 ਸਰਕਾਰੀ ਦਿੱਤੀ ਹੈ, ਬਾਕੀ ਜਿਹਨੇ ਤੁਹਾਡੇ ਆਪਾਂ ਘਰਾਂ 'ਚ ਤੁਸੀਂ ਸੀਰੀ ਵੀ ਰੱਖੇ ਹੈ ਜਾਂ ਦਿਹਾੜੀ, ਅਤੇ ਮੈਂ ਹੁਣ ਭੁਜਪੁਰ ਨੂੰ ਦੱਸਣਾ ਚਾਹੁੰਦਾ, ਜਾਂ 2 ਬੰਦੇ ਮੈਂ ਰੱਖੇ ਕੱਲ੍ਹ ਹੀ, ਉਹ ਵੀ ਜੋੜ ਲਓ, ਕਿਉਂਕਿ ਉਹਨਾਂ ਉਹ ਵੀ ਉਹਨਾਂ ਨਾਲ ਜੋੜ ਲੈਣ, ਕਿਉਂਕਿ ਉਹਨਾਂ ਦੀ ਕੈਲਕੂਲੇਸ਼ਨ 'ਚ ਆਏ ਨਹੀਂ ਹੋਣੇ ਉਹਨਾਂ ਨੂੰ। ਉਹ ਤਾਂ ਜਿਹਦੇ ਘਰੇ ਤੁਸੀਂ ਨੌਕਰ ਰੱਖ ਲਓਗੇ ਨਾ, ਉਹ ਸਮਝਦੇ ਕਿ ਉਹ ਕੈਪਟਨ ਸਾਹਿਬ ਨੇ ਦਿੱਤੀ ਹੈ। ਨਹੀਂ, ਪਰ ਉਹ ਕਹਿੰਦੇ ਇੰਨੀ ਫਰਸਟ, ਮੈਂ ਉਹ ਕਹਿਣਾ ਚਾਹੁੰਦਾ ਕਿ ਦੁੱਖ ਲੱਗਦਾ ਜਦੋਂ ਮੁੱਖ ਮੰਤਰੀ ਇਹੋ ਜਿਹੇ ਬਿਆਨ ਦੇਣ। ਜੀ ਸਰ, ਅਸੀਂ ਗੱਲ ਕਰਦੇ ਪਏ ਸੀਗੇ ਅਮਰਪਾਲ ਸਿੰਘ ਬੋਨੀ ਦੀ, ਬੋਨੀ ਸਾਹਿਬ ਤਾਂ ਕਹਿੰਦੇ ਨੇ ਕਿ ਵੀ ਮੇਰਾ ਤੇ ਮੈਂ ਤੇ ਇੰਟਰਸਟਿਡ ਹਾਂ ਵਾਪਸ ਜਾਣ 'ਚ, ਮਗਰ ਮੇਰੇ ਪਿਤਾ ਜੀ ਮੈਨੂੰ ਜਾਣਗੇ ਤੇ ਮੈਂ ਜਾਣ ਲਈ ਤਿਆਰ ਹਾਂ, ਪਰ ਉਹ ਨਹੀਂ ਜਾਣ ਲਈ ਤਿਆਰ ਵੀ। ਸੀ, ਮੈਂ ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦੇ, ਉਹ ਉਹਨਾਂ ਦੇ ਘਰ ਦਾ ਮਾਮਲਾ। ਕੈਦੀ ਜੇਲ੍ਹ ਦੀ ਕੋਈ ਸੁਰੱਖਿਆ ਨਹੀਂ ਹੈ, ਮੈਂ ਇਹ ਕਹਿੰਦਾ ਜਦੋਂ ਜੇਲ੍ਹ ਮੰਤਰੀ ਸੁਪਰ ਗੈਂਗਸਟਰ ਹੈ, ਜੇ ਜੇਲ੍ਹ ਮੰਤਰੀ ਗੈਂਗਸ ਨੂੰ ਇਨਕਰੇਜ ਕਰਦਾ ਹੈ, ਜੇ ਜੇਲ੍ਹ ਮੰਤਰੀ ਸਾਰਾ ਕੁਛ ਜੋ ਉਲਟ ਹੁੰਦਾ ਜੇਲ੍ਹਾਂ 'ਚੋਂ ਆਪ ਕਰਾਉਂਦਾ ਹੈ, ਤੇ ਉਹਦੇ ਬਾਰੇ ਕੀ ਕਹਿ ਸਕਦੇ ਤੁਸੀਂ? ਸਮਝਦੇ ਹੋ ਕਿ ਆਮਲੇ ਸਮੇਂ 'ਚ ਬੋਨੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਹੜੇ ਅਕਾਲੀ ਦਲ ਦੇ ਟੱਚ 'ਚ ਹੈਗੇ ਨੇ? ਮੈਂ ਕਹਿੰਦਾ ਬਹੁਤ ਲੋਕ ਅਕਾਲੀ ਦਲ ਦੇ ਟੱਚ ਆ, ਤੁਸੀਂ ਦੇਖੋਗੇ, ਤੁਸੀਂ ਮਾਹੌਲ ਦੇਖੋਗੇ ਕਿਹੋ ਬਣਦਾ, ਤੁਸੀਂ ਦੇਖੋ ਸੰਗਰੂਰ। ਮੈਨੂੰ ਲੱਗਦਾ ਮੇਰੀ ਜ਼ਿੰਦਗੀ 'ਚ ਐਡਾ ਵੱਡਾ ਕੱਟ ਨਹੀਂ ਦੇਖਿਆ ਮੈਂ ਜਿੰਨਾ ਸੰਗਰੂਰ 'ਚ ਹੋਇਆ, ਇੱਕ ਵੀ ਬੰਦਾ ਬਾਹਰ ਦਾ ਨਹੀਂ, ਸੰਕਲੇ ਸੰਗਰੂਰ ਡਿਸਟ੍ਰਿਕਟ ਦਾ। ਹੁਣ ਉਹ ਜਾਣ ਕੇ ਫਰਸਟ੍ਰੇਸ਼ਨ ਜੋ ਮਰਜ਼ੀ ਕਹੀ ਜਾਣ, ਹੁਣ ਮੈਂ ਤੁਹਾਨੂੰ ਦੱਸਾਂ, ਤੁਸੀਂ ਅੰਮ੍ਰਿਤਸਰ ਦੇਖਿਓ, 13 ਤਰੀਕ ਨੂੰ ਮਾਝੇ ਦਾ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਦਾ, ਇੱਕ ਵੀ ਗੱਡੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਾਹਰ ਨਹੀਂ ਹੋਊਗੀ। ਫਿਰ 25 ਤਰੀਕ ਨੂੰ ਬਠਿੰਡੇ ਦਾ, ਡਿਸਟ੍ਰਿਕਟ ਵਾਈਜ਼ ਅਸੀਂ ਕਰਾਂਗੇ, ਤੁਸੀਂ ਦੇਖੋਗੇ ਕਿੰਨਾ ਲੋਕਾਂ ਜੋਸ਼ ਹੈ, ਉਤਸ਼ਾਹ ਹੈ, ਕਿੰਨਾ ਗੁੱਸਾ ਪੰਜਾਬ ਦੀ ਸਰਕਾਰ ਦੇ ਖਿਲਾਫ਼। ਨਵਜੋਤ ਸਿੰਘ ਸਿੱਧੂ ਵੀ ਸਟਾਰ ਪ੍ਰਚਾਰਕ ਦੀ ਲਿਸਟ 'ਚ ਸੀ, ਲੇਕਿਨ ਉਹ ਨਹੀਂ ਗਏ ਪ੍ਰਚਾਰ ਕਰਨ, ਉਹ ਉਹਨਾਂ ਨੂੰ ਪੁੱਛੋ।